ਕਿੰਨੀਆਂ ਕੀ ਅਰਦਾਸਾਂ ਲੱਗੀਆਂ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਕਿ ਤੁਸੀਂ ਇਸ ਫਿਲਮ ਦਾ ਹਿੱਸਾ ਬਣਿਓ? ਬੜੇ ਬੜੇ ਸੋਹਣੇ ਸੋਹਣੇ ਕਿਰਦਾਰ ਨਿਭਾਏ ਪਿਛਲੀਆਂ ਦੋਵਾਂ 'ਚ, ਅਤੇ ਇਸ ਦਾ ਤਾਂ ਮੈਂ ਬਹੁਤਾ ਨਹੀਂ ਕੁਛ ਖੋਲ੍ਹਣਾ ਚਾਹੁੰਦਾ, ਪਰ ਰਿਹਾ ਵੀ ਨਹੀਂ ਜਾਂਦਾ ਕਿਉਂਕਿ ਗਿੱਪੀ ਗਰੇਵਾਲ ਸਾਹਿਬ ਉਹ ਬਹੁਤ ਖੁਸ਼ ਨੇ, ਬੜੇ ਫਖਰ ਨਾਲ ਮੈਨੂੰ ਕਹਿੰਦੇ ਨੇ ਕਿ ਸੋਈ ਸਾਹਿਬ ਇਸ ਫਿਲਮ 'ਚ ਤਾਂ ਤੁਸੀਂ ਪਿਛਲੀਆਂ ਫਿਲਮਾਂ ਨੂੰ ਪਿੱਛੇ ਛੱਡਤਾ। ਸਰਬੱਤ ਦਾ ਭਲਾ ਇੱਕੋ ਹੀ ਧਰਮ ਮੰਨਦਾ ਹੈ, ਉਹ ਹੈ ਸਿੱਖ ਇਸਲਾਮ। ਸਿੱਖ 13 ਸਪਟੰਬਰ ਨੂੰ ਫਿਲਮ ਆ ਰਹੀ ਹੈ ਅਰਦਾਸ ਸਰਬੱਤ ਦੇ ਭਲੇ ਦੀ, ਤੇ ਮੇਰੇ ਨਾਲ ਨੇ ਖਾਸ ਗੱਲਬਾਤ ਕਰਨ ਦੇ ਲਈ ਸਰਦਾਰ ਸੋਹੀ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਹੈ ਤੁਹਾਡਾ? ਵਧੀਆ ਜੀ, ਵਧੀਆ। ਕਿੰਨੀਆਂ ਕੀ ਅਰਦਾਸਾਂ ਲੱਗੀਆਂ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਕਿ ਤੁਸੀਂ ਇਸ ਫਿਲਮ ਦਾ ਹਿੱਸਾ ਬਣਿਓ? ਮੈਂ ਪਹਿਲੀ ਅਰਦਾਸ ਫਿਰ ਅਰਦਾਸ ਕਰਾਂ, ਤੇ ਅੱਜ ਪਰਮਾਤਮਾ ਦੀ ਮਿਹਰ ਨਾਲ ਅਰਦਾਸ ਸਰਬੱਤ ਦੇ ਭਲੇ ਦੀ, ਉਹਦੀ ਪ੍ਰਮੋਸ਼ਨ ਲਈ ਤੁਹਾਡੇ ਸਾਹਮਣੇ ਬੈਠਾ। ਧੰਨਵਾਦ ਗਿੱਪੀ ਗਰੇਵਾਲ ਦਾ, ਗਿੱਪੀ ਗਰੇਵਾਲ ਸਾਹਿਬ ਸ਼ੁਰੂ ਅਰਦਾਸ ਪਹਿਲੀ ਕੀਤੀ, ਉਦੋਂ ਤੋਂ ਲੈ ਕੇ ਹਰ ਅਰਦਾਸ ਦਾ ਹਿੱਸਾ ਮੈਂ ਰਿਹਾ, ਔਰ ਬੜੇ ਬੜੇ ਸੋਹਣੇ ਸੋਹਣੇ ਕਿਰਦਾਰ ਨਿਭਾਏ ਪਿਛਲੀਆਂ ਦੋਵਾਂ 'ਚ, ਅਤੇ ਇਸ ਦਾ ਤਾਂ ਮੈਂ ਬਹੁਤਾ ਨਹੀਂ ਕੁਛ ਖੋਲ੍ਹਣਾ ਚਾਹੁੰਦਾ, ਪਰ ਰਿਹਾ ਵੀ ਨਹੀਂ ਜਾਂਦਾ ਕਿਉਂਕਿ ਗਿੱਪੀ ਗਰੇਵਾਲ ਸਾਹਿਬ ਉਹ ਬਹੁਤ ਖੁਸ਼ ਨੇ, ਬੜੇ ਫਖਰ ਨਾਲ ਮੈਨੂੰ ਕਹਿੰਦੇ ਨੇ ਕਿ ਸੋਹੀ ਸਾਹਿਬ ਇਸ ਫਿਲਮ 'ਚ ਤਾਂ ਤੁਸੀਂ ਪਿਛਲੀਆਂ ਫਿਲਮਾਂ ਨੂੰ ਪਿੱਛੇ ਛੱਡਤਾ, ਬਹੁਤ ਸੋਹਣਾ ਰੋਲ ਹੈ। ਅਰਦਾਸ ਸਰਬੱਤ ਦੇ ਭਲੇ ਦੀ, ਸਰਬੱਤ ਦਾ ਭਲਾ ਇੱਕੋ ਹੀ ਧਰਮ ਮੰਨਦਾ ਹੈ, ਉਹ ਹੈ ਸਿੱਖ ਇਸਲਾਮ। ਸਿੱਖ ਇਸਲਾਮ ਸਾਡਾ ਅੱਜ ਕੱਲ੍ਹ ਦਾ ਜਿਹੜਾ ਵਤੀਰਾ ਹੈ ਲੋਕਾਂ ਦਾ ਜਾਂ ਧਰਮਾਂ ਵਾਲਿਆਂ ਦਾ, ਉਹ ਬਹੁਤ ਗੜਬੜਾਇਆ ਹੋਇਆ। ਬੜੇ ਸੋਹਣੇ ਮੌਕੇ 'ਤੇ ਫਿਲਮ ਆ ਰਹੀ ਹੈ ਕਿ ਬਈ ਆਹ ਜਿਹੜਾ ਕੰਟਰੀ 'ਚ ਆਪਣੇ ਇਹ ਚੱਲ ਰਿਹਾ ਨਾ ਧਰਮਾਂ ਦਾ ਭੇਦਭਾਵ ਜਿਹਾ, ਉਹਨਾਂ ਨੂੰ ਥੋੜ੍ਹੀ ਜਿਹੀ ਅਕਲ ਬਖਸ਼ੂਗੀ ਫਿਲਮ ਕਿ ਨਹੀਂ ਬਈ ਤੁਸੀਂ ਸਿੱਖੋ, ਸਿੱਖਿਜ਼ਮ ਤੋਂ ਸਿੱਖੋ। ਗੁਰੂ ਤੇਗ ਬਹਾਦਰ ਸਾਹਿਬ ਛੋਟੇ ਜਿਹੇ ਬੱਚੇ, ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਸ਼੍ਰੀ ਨੂੰ ਕਹਿੰਦੇ ਹੈ ਕਿ ਤੁਸੀਂ ਜਾ ਕੇ ਸ਼ਹਾਦਤ ਦਿਓ, ਇਹ ਕਹਿੰਦੇ ਆ ਕੋਈ ਬਹੁਤ ਵੱਡਾ ਰੂਹਾਨੀ ਤਾਕਤ ਵਾਲਾ ਬੰਦਾ ਉਹੀ ਬਚਾ ਸਕਦਾ ਸਾਡੇ ਧਰਮ ਨੂੰ, ਪੰਡਿਤ ਕਹਿੰਦੇ ਆ ਕਸ਼ਮੀਰ ਵਾਲੇ, ਤਾਂ ਉਹ ਕਹਿੰਦੇ ਫਿਰ ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ। ਓਹੋ, ਦੇਖੋ ਫਿਲਮ ਬਹੁਤ ਵੱਡਾ ਅਸਰ ਛੱਡ ਕੇ ਜਾਂਦੀ ਹੁੰਦੀ ਹੈ। ਕਈ ਬੰਦੇ ਰੋਣ ਧੋਣ ਨੂੰ ਜਾਂ ਇਮੋਸ਼ਨਲ ਹੋਣ ਨੂੰ ਪਸੰਦ ਨਹੀਂ ਕਰਦੇ, ਉਹ ਮੈਂ ਤਾਂ ਬਹੁਤ ਪਸੰਦ ਕਰਦਾ। ਜਦੋਂ ਇਹ ਜਿਹੜੇ ਸੀਰੀਅਸ ਮਸਲੇ ਹੁੰਦੇ ਨੇ ਉਹਨਾਂ 'ਚ ਲਾਜ਼ਮੀ ਇਮੋਸ਼ਨਲ ਹੁੰਦੇ ਨੇ, ਇਮੋਸ਼ਨ ਹੁੰਦੇ ਨੇ, ਬੰਦੇ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ, ਅੱਖਾਂ ਭਿੱਜਣ ਦੇ ਜੇ ਕਿਤੇ ਰੱਜ ਕੇ ਰੋ ਲਏ ਨਾ ਬੰਦਾ, ਅੰਦਰੋਂ ਫੁੱਲ ਵਰਗਾ ਹੌਲਾ ਹੋ ਜਾਂਦਾ।
ਤੇ ਮੈਂ ਤਾਂ ਵਾਰ ਵਾਰ ਰੌਲਾ ਆਇਆ ਇਹਨਾਂ ਫਿਲਮਾਂ ਚ, ਤਿੰਨਾਂ ਹੀ ਫਿਲਮਾਂ ਚ, ਇਹਦੇ ਚ ਵੀ। ਸੋ ਇਹਦੇ ਚ ਆਦਮੀ ਤੋਂ ਇਨਸਾਨ ਬਣ ਜਾਂਦਾ ਜਦੋਂ ਇਹੋ ਜਿਹੇ ਕਰੈਕਟਰ ਖੇਡਣ ਨੂੰ ਮਿਲਦੇ ਨੇ। ਉਹ ਮੇਰਾ ਜਿਹੜਾ ਮੁੰਡੇ ਖੁੰਡੇ ਤੋਂ ਆਦਮੀ ਤੋਂ ਇਨਸਾਨ ਬਣਨ ਦਾ ਸਫ਼ਰ ਹੈ, ਉਹ ਆਰਟ ਦੇ ਖੇਤਰ ਚ ਗਰੋ ਹੋਇਆ। ਹੁਣ ਮੈਂ ਸਮਝਦਾ ਹੁੰਦਾ ਕਿ ਨਹੀਂ ਕਦੇ ਗਲਤੀਆਂ ਵੀ ਹੋਈਆਂ ਨੇ, ਪਰ ਹੁਣ ਪਛਤਾਵਾ ਮਹਿਸੂਸ ਕਰੀਦਾ ਕਿ ਹਾਂ ਯਾਰ ਉਦੋਂ ਮੇਰੇ ਕੋਲ ਆਹ ਗਲਤੀ ਹੋ ਗਈ। ਉਹ ਕਦੀ ਹੋਇਆ ਕਿ ਮੈਂ ਆਰਟ ਦੇ ਫੀਲਡ ਚ ਆਇਆ, ਇਹ ਬਹੁਤ ਸੈਂਸੀਬਲ ਸੈਂਸਿਟਿਵ ਪਲੇਟਫਾਰਮ ਹੈ ਆਰਟ ਆਫ ਐਕਟਿੰਗ। ਜੇ ਤੁਸੀਂ ਬਹੁਤ ਵਧੀਆ ਐਕਟਰ ਹੋ, ਅੱਛੇ ਹੋ, ਤਾਂ ਲਾਜ਼ਮੀ ਹੈ ਕਿ ਤੁਸੀਂ ਕਿਧਰੇ ਅੱਛੇ ਇਨਸਾਨ ਹੋਣ ਵੱਲ ਵੱਧ ਰਹੇ ਹੋ ਇਸ ਪਲੇਟਫਾਰਮ ਤੋਂ। ਉਹ ਅਰਦਾਸ ਸਰਬੱਤ ਦੇ ਭਲੇ ਦੀ, ਇਹਦੇ 'ਚ ਮੈਨੂੰ ਇੱਕ ਹੋਰ ਪਾਏਦਾਨ ਮਿਲਿਆ ਉਧਰ ਨੂੰ ਵਧਣ ਦਾ, ਇਨਸਾਨੀਅਤ ਵੱਲ ਨੂੰ ਵਧਣ ਦਾ। ਥੈਂਕ ਯੂ ਸੋ ਮਚ ਸਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰ, ਅਰਦਾਸ ਕਰ ਲਓ। ਮੈਂ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਆਪ ਸਭ ਨੂੰ ਫਿਲਮ ਤੱਕ ਲੈ ਕੇ ਆਵੇ, ਬੱਚਿਆਂ ਤੋਂ ਬਜ਼ੁਰਗਾਂ ਤੱਕ ਪੂਰੀ ਫੈਮਿਲੀ ਦੇਖਣ ਆਵੇ। ਤਾਂ ਘਰ ਜਦੋਂ ਵਾਪਸ ਜਾਓਗੇ ਤੁਸੀਂ ਕਹੋਗੇ ਵੀ ਆਹ ਤਾਂ ਪੁੰਨ ਦਾ ਹੀ ਕੰਮ ਕਰਤਾ ਫਿਲਮ ਬਣਾ ਕੇ। ਸੋ ਇਹ ਪੁੰਨ ਦਾ ਕੰਮ ਦੇਖਣ ਵਾਸਤੇ 13 ਸਤੰਬਰ ਨੂੰ ਅਰਦਾਸ ਰੌਣਕਾਂ ਲਾ ਦਿਓ। ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੇਖਣ ਜ਼ਰੂਰ ਜਾਣਾ ਤੁਸੀਂ। ਧੰਨਵਾਦ। ਥੈਂਕ ਯੂ ਸੋ ਮਚ ਸਰ। ਥੈਂਕ ਯੂ। ਤੁਸੀਂ ਦੇਖਦੇ ਰਹੋ ਕਿੱਦਾਂ। ਸਤਿ ਸ਼੍ਰੀ ਅਕਾਲ।